हम लाते हैं आपके लिए इस्लामिक वीडियो सिर्फ YouTube पर। अगर आपने हमारा चैनल अभी तक नहीं सब्सक्राइब किया तो अभी सब्सक्राइब करें और बेल आइकन को क्लिक करके हमारी लेटेस्ट वीडियो के बारे में अपडेट जानें और हम आपको लिए चलेंगे आपकी फेवरेट वीडियो की तरफ। वसीम भाई और सदाम भाई अल्लाह सलामत रखे। इसी मुकाम से बाबा बुल्ले शाह किड्डा वड्डा पीर है, अपनी जात दी लफी करदे हैं की लिख रहे के बुल्ले आ राती जागे पीर सदावे, बुल्ले आ राती जागे पीर सदावे, रात नु जागण कुत्ते तैं थी उते, एक बुरकी दा कदर पछानण ते मालिक रहंदे सुते थे। एक बुरकी दा कदर पछानण ते मालिक रहंदे सुते तैं थी उते, दर मालिक दा छड़ दे नाही पमे सौ सौ मारो जुते, उठ बुलिया उठ रब नू मना ले नहीं ते बाजी ले के कुत्ते, उठ बुलिया उठ रब नू मना ले नहीं ते बाजी ले गए कुत्ते तैथी। और फिर कलम उठिया बाबा वारे शाह रहमतुल्ला ले, आप लिख देने रे रात दा जागना बहुत औखा, एक जाग दा यार दा यार राती, एक जाग दा इश्क दी मर्ज वाला, एक जाग दा सख्त बीमार राती, एक जाग दा चोर सनी उते, एक जाग दा पहरेदार राती, वारे शामियां ये सारे ही सो जांदे, कला जाग दा परवरदिगार राते। सुभान अल्लाह सुभान अल्लाह सुभान अल्लाह, वारे शामियां ये सारे ही सो जांदे, कला जाग दा परवरदिगार राते, वारे शामिया ये सारे सो जाते, कला जागदा परवरदिगार राते। और वसीम भाई इस मुकाम से बाबा बुल्ले शाह फिर लिखते ने के टिंडा सुकियां वेख के होश आया, टिंडा सुकियां वेख के होश आया, ਐਵੇਂ ਖੂ ਖਿਆਲਾਂ ਦੇ ਗਿੜਦੇ ਰਹਿ, ਬਣੀ ਪੀੜ ਤੇ ਗੋਏ ਨਾ ਕੰਮ ਆਇਆ, ਐਵੇਂ ਆਪਣੇ ਪਰਾਏ ਨਖੇੜਦੇ ਰਹਿ, ਉੱਥੇ ਭੂਤ ਸੀ ਮੱਖੀਆਂ ਦਾ ਜ਼ੁਲਫਾਂ ਯਾਰ ਦੀਆਂ ਸਮਝ ਕੇ ਛੇੜਦੇ ਰਹੇ ਲੈ, ਬੁੱਲਿਆ ਹੌਸਲੇ ਵੇਖ ਤੂੰ ਆਸ਼ਕਾਂ ਦੇ, ਉਹ ਡੰਗਦੀਆਂ ਰਹੀਆਂ ਅਸੀਂ ਖੇੜਦੇ, ਸੁਭਾਨ ਅੱਲਾ, ਬੁੱਲਿਆ ਹੌਸਲੇ ਵੇਖ ਤੂੰ ਆਸ਼ਕਾਂ ਦੇ, ਉਹ ਡੰਗਦੀਆਂ ਰਹੀਆਂ ਅਸੀਂ ਖੇਡਦੇ ਰਹੇ, ਹੁਕਮ ਅਕਲ ਦਾ ਰੱਖਣੀ ਨਜ਼ਰ ਨੀਵੀਂ, ਇਸ਼ਕ ਆਖਦਾ ਵੇਖਣਾ ਚਾਹੀਦਾ ਏ, ਅਕਲ ਰੋਕਦੀ ਏ ਪਰ ਇਸ਼ਕ ਆਖੇ ਮੱਥਾ ਯਾਰ ਨੂੰ ਟੇਕਣਾ ਚਾਹੀਦਾ ਏ, ਅਕਲ ਕਹਿੰਦੀ ਏ ਮੇਰੀ ਜੇ ਮਕਲ ਮੰਨੇ ਆਪਣਾ ਆਪ ਸਮੇਟਣਾ ਚਾਹੀਦਾ ਏ, ਇਸ਼ਕ ਆਖਦਾ ਝੁੱਕੇ ਨੂੰ ਕੀ ਕਰਨਾ, ਝੁੱਕਾ ਬਾਲ ਕੇ ਸਿੱਖਣਾ ਚਾਹੀਦਾ ਏ, ਚੁਗਾ ਬਾਲ ਕੇ ਸਿੱਖਣਾ ਚਾਹੀਦਾ ਏ, ਚੁਗਾ ਬਾਲ ਕੇ ਸਿੱਖਣਾ ਚਾਹੀਦਾ, ਇਸ਼ਕ ਆਖਦਾ ਚੁਗੇ ਨੂੰ ਕੀ ਕਰਨਾ, ਚੁਗਾ ਬਾਲ ਕੇ ਸਿੱਖਣਾ ਚਾਹੀਦਾ ਏ, ਕਿਉਂਕਿ ਦੱਸੇ ਕੀ ਕੋਈ ਇਸ਼ਕ ਦੇ ਕਾਰਨਾਮੇ, ਸੱਟਾਂ ਇਸ਼ਕ ਦੀਆਂ ਜਲਦੀਆਂ ਪੈਂਦੀਆਂ ਨੇ, ਜਿੱਤ ਕੇ ਬਾਜ਼ੀਆਂ ਸਾਰੇ ਜਹਾਨ ਕੋਲੋਂ, ਅੱਗੇ ਯਾਰ ਦੇ ਹਰਨੀਆਂ ਪੈਂਦੀਆਂ ਨੇ, ਪੁੱਛ ਕਰਬਲ ਦੀ ਤਪਦੀ ਰੇਤ ਕੋਲੋਂ
ਕਿਵੇਂ ਕੀਮਤਾਂ ਪੱਲੀਆਂ ਪੈਂਦੀਆਂ ਨੇ ਅਜਮਲ ਮੁਰਸ਼ਦੀ ਗਲੀ ਦੇ ਕੁੱਤਿਆਂ ਤੋਂ ਧੌਣਾ ਨੀਵੀਆਂ ਕਰਨੀਆਂ ਪੈਂਦੀਆਂ ਨੇ ਅਜਮਲ ਮੁਰਸ਼ਦੀ ਗਲੀ ਦੇ ਕੁੱਤਿਆਂ ਤੋਂ ਧੌਣਾ ਨੀਵੀਆਂ ਕਰਨੀਆਂ ਪੈਂਦੀਆਂ ਔਰ ਸੀਨੇ ਜਿਨ੍ਹਾਂ ਦੇ ਦਰਦ ਤੋਂ ਹੈਣ ਖਾਲੀ ਦਿਲ ਐਸੇ ਬੇਦਰਦਾਂ ਤੋਂ ਵੱਖ ਹੋ ਜਾ ਖੁੱਲੀ ਰਵੇ ਜੋ ਮੁਰਸ਼ਦੀ ਤਾਂਗ ਅੰਦਰ ਦਿਲਾਏ ਹੋ ਜੀ ਜਹਾਨ ਤੇ ਅੱਖ ਹੋ ਜਾ ਬਿਨਾ ਮੁਰਸ਼ਦ ਦੇ ਮਿਲੀ ਨਹੀਂ ਸਰਫਰਾਜ਼ੀ ਆਪਣੇ ਆਪ ਉੱਚਾ ਭਵੇਂ ਲੱਖ ਹੋ ਜਾ ਜੇ ਤੂੰ ਕੱਖ ਤੋਂ ਚਾਹੁੰਦਾ ਏ ਲੱਖ ਨਾ ਸੀ ਫੇਰ ਤੂੰ ਮੁਰਸ਼ਦ ਦੀ ਗਲੀ ਦਾ ਕੱਖ ਹੋ ਜਾ ਫਿਰ ਤੂੰ ਯਾਰ ਦੀ ਗਲੀ ਦਾ ਕੱਖ ਹੋ ਜਾ ਔਰ ਦੋਸਤੋ ਜਦੋਂ ਬੰਦਾ ਸੋਹਣੇ ਦੀ ਗਲੀ ਦਾ ਕੱਖ ਹੋ ਜਾਏ ਫਿਰ ਮੁੱਲ ਕੀ ਪੈਂਦਾ ਏ ਕਿ ਮੈਂ ਇੱਕ ਕੱਖ ਸਾਂ ਕੱਖਾਂ ਤੋਂ ਬਹੁਤ ਹੌਲਾ ਤੇਰੇ ਕਰਮ ਸਾਈਆਂ ਮੈਨੂੰ ਲੱਖ ਕੀਤਾ ਤੂੰ ਤੇ ਲੱਖ ਕੀਤਾ ਪਰ ਮੈਂ ਲੱਖ ਬਣ ਕੇ ਤੇਰੇ ਵਾਸਤੇ ਕਦੀ ਨਹੀਂ ਕੱਖ ਕੇ ਵੱਡੀਆਂ ਜਿਗਰੀਆਂ ਵਾਲੀਆਂ ਮਹਬੂਬਾ ਮੈਨੂੰ ਆਪਣੇ ਕਰਮ ਤੋਂ ਨਾ ਵੱਖ ਕੀਤਾ ਇੰਜ ਕਰਦਾ ਸਰਦਾਰ ਕੋਈ ਵੇਖਿਆ ਨਹੀਂ ਜਿਵੇਂ ਸੋਹਣੇ ਗਰੀਬਾਂ ਦਾ ਪੱਖ ਕੀਤਾ ਵਾਹ 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 ਸੁਭਾਨ ਅੱਲਾਹ ਜਿਵੇਂ ਸੋਹਣੇ ਗਰੀਬਾਂ ਦਾ ਪੱਖ ਕੇ ਤਾਂ ਮਜ਼ਰ ਅੱਲਾ ਦੇ ਨੂਰ ਦਾ ਨਬੀ ਮੇਰਾ ਸੋਹਣਾ ਆਪ ਸਰਕਾਰ ਤੋਂ ਵੱਧ ਕੋਈ ਨਹੀਂ ਜਿਹੜਾ ਉਸ ਬੇਐਬ ਚੋਂ ਐਬ ਲੱਭੇ ਉਹਦੇ ਨਾਲ ਦਾ ਹੋਰ ਮੁਰਤਦ ਕੋਈ ਨਹੀਂ ਕਸਮ ਰੱਬ ਦੀ ਮੇਰੇ ਹਜ਼ੂਰ ਵਰਗੀ ਕਿਸੇ ਨਬੀ ਦੀ ਆਲ ਤੇ ਜਦ ਕੋਈ ਨਹੀਂ ਹੁੰਦੀ ਹਰ ਸ਼ਾਇਦ ਅਜਮਲ ਹੱਦ ਕੋਈ ਕਮਲੀ ਵਾਲੇ ਦੀ ਸ਼ਾਨ ਦੀ ਹੱਦ ਕੋਈ ਸੁਭਾਨ ਅੱਲਾ ਸੁਭਾਨ ਅੱਲਾ ਕਿਆ ਬਾਤ ਹੈ ਸੁਭਾਨ ਅੱਲਾ ਕਮਲੀ ਵਾਲੇ ਦੀ ਸ਼ਾਨ ਦੇ ਹੱਦ ਹੈ ਕੋਈ ਨੇ ਕਮਲੀ ਵਾਲੇ ਦੀ ਸ਼ਾਨ ਦੀ ਹੱਦ ਕੋਈ ਨਹੀਂ ਪਰ ਜਪਦੇ ਰਹਿਣਾ ਹਜ਼ੂਰ ਦਾ ਨਾਮ ਹਰ ਦਮ ਢਿੱਲੇ ਪੈ ਗਏ ਯਾਰ ਸੁਭਾਨ ਅੱਲਾ ਮੁਹੱਬਤ ਨਾ ਕਵੋ ਇੱਕ ਵਾਰੀ ਸੁਭਾਨ ਅੱਲਾ ਇੱਕ ਵਾਰੀ ਹੱਥ ਉਠਾ ਕੇ ਲਹਿਰਾ ਕੇ ਕਵੋ ਸੁਭਾਨ ਅੱਲਾ ਜਪਦੇ ਰਹਿਣਾ ਹਜ਼ੂਰ ਦਾ ਨਾਮ ਹਰ ਦਮ ਅਸਾਂ ਕਿਸੇ ਦੇ ਰੁਕਿਆਂ ਰੁਕਣਾ ਨਹੀਂ ਜਿੰਦ ਮੁੱਕਦੀ 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 ਮੁੱਕ ਜਾਣੀ ਜ਼ਿਕਰ ਮੇਰੇ ਹਜ਼ੂਰ ਦਾ ਮੁੱਕਣਾ ਨਹੀਂ ਤੇਰੀਆਂ ਕਿਸ ਕੰਮ ਪੜੀਆਂ ਨਮਾਜ਼ਾਂ ਓਏ ਜੇ ਤੂੰ ਤਰੇ ਹਜ਼ੂਰ ਤੇ ਚੁੱਕਣਾ ਨਹੀਂ ਸੱਜਣ ਕਸਮ ਖੁਦਾ ਦੀ ਹਸ਼ਰ ਅੰਦੇ ਆਕਾ ਬਾਜ ਤੈਨੂੰ ਕਿਸੇ ਪੁੱਛਣਾ ਨੇ ਸੱਜਣ ਕਸਮ ਖੁਦਾ ਦੇ ਹਸ਼ਰ ਅੰਦੇ ਆਕਾ ਬਾਜ ਤੈਨੂੰ ਕਿਸੇ ਪੁੱਛਣਾ ਵਾਹ ਸੁਭਾਨ ਅੱਲਾ ਸੁਭਾਨ ਅੱਲਾ ਮਾਸ਼ਾਅੱਲਾ ਪਰ ਦੋਸਤੋ ਮੁਰਤਜ਼ਾ ਬਾਈ ਦਾ ਹੁਕਮ ਸੇ ਕੁਰਬਾਈ ਪੇਸ਼ ਕਰਨਾ ਵਾ।